मम्मी तू ही मेरे सोहरे घर कलेश पाता जे। मैं तेरे सोहरे दे घर की कलेश पाया है? उथे ब्याह ते मेनू कुड़ी विखाई जांदे सी, आ कुड़ी वेख ला कुड़ी वेख ला। जदों मैं तुहानू कहण भी दिया वा कि मैं नहीं दूजा ब्याह करवाउणा, नहीं दूजा ब्याह करवाउणा, ते फिर होर हल भी केड़ा ही? हल भी केड़ा वा, उथे पता किन्ना बोल बुलारा हो गया। हुण दे जिहड़ा हुंदा इक वार हुंदा ही हुंदा वा। मेरी गल सुनो, तुसीं सियाणे कदों बनना वा? मैं सियाणी आ, मैं न्याणी किद्दण हां? है चंगीआं लगदीआं तुहानू गल्लां? लड़ाई होर कर दियो जदों अहीं उहनूं रखणा ही नहीं। मम्मी मेरी सुणो गल, सोहरिआं वल्लों मैनूं गल्लां हुंदीआं वा, तुहानूं नहीं कोई हुंदीआं, तुसीं तां इत्थे घरे बैठे। सोहरे तां तेरे नवें बन जाणे, उह सोहरे कादे रहि गए। मेरी सुनो गल, मैं उत्थे ही रहना जे तां मैं सीधी गल दसां, मैं सीमा नूं नहीं छड्ड सकदा। मैं तुहानूं बार बार कहिंदा जे, ते हुण लास्ट वारी कहना जे, जे सीमा नूं तूं नहीं ना छड्ड सकदा, 10 लाख दा कर्जा उहनां नूं आ ला दे, मैं कित्थों लाउणा? आ गई आ मैं, लानी 10 लाख दा कर्जा तुहाडा। मैं किधर आए जो? मम्मी मैं ना फोल्डिंग बैड लैणा वा। नहीं काका, कोई गल नहीं, लड़ना नहीं आ। ਦਸ ਲੱਖ ਦਾ ਕਰਜ਼ਾ ਸਾਡਾ ਲਾ ਦੋ। ਮੁੰਡਾ ਕੁੜੀ ਨੂੰ ਕੋਲ ਰੱਖਿਆ ਤੇ ਕਰਜ਼ੇ ਇਹਨਾਂ ਨੇ ਮੈਂ ਲਾਵਾਂ, ਤੁਸੀਂ ਹੀ ਲਾਉਣੇ ਆ। ਇਹਦਾ ਮਤਲਬ ਮਾਸੀ ਜੀ, ਮੁੰਡਾ ਥੋੜੀ ਵਿਆਹ ਹੁੰਦੇ ਜੇ, ਤੀਹ ਤੋਂ ਵਪਾਰ ਕਰਨ ਦੇ ਜੇ, ਕਦੀ ਇੱਕ ਥਾਂ ਵਿਆਹ ਕਰਤਾ ਤੇ ਉਧਰੋਂ ਖਾ ਲਿਆ ਸਾਰਾ ਕੁਝ, ਤੇ ਹੁਣ ਦੂਜੇ ਥਾਂ ਵਿਆਹ ਉਹਨੂੰ ਫਿਰਨ ਡੇ ਜੇ ਤੁਸੀਂ? ਜਦੋਂ ਤੁਹਾਡੀ ਕੁੜੀ ਲੈ ਕੇ ਟਿਕਦੀ ਨਹੀਂ ਘਰ, ਉਹਨੂੰ ਕਮਾਈ ਨਹੀਂ ਕਰਨ ਦਿੰਦੀ, ਤੇ ਕਰਜ਼ੇ ਚੜਨ ਡੇ ਤੇ ਕਿੰਨੇ ਲਾਉਣੇ? ਕਰਜ਼ੇ ਤੁਹਾਡੇ ਤਲਾਨ ਮੇਰੇ ਪੇਕੇ, ਕੁੜੀ ਰਹਿੰਦੀ ਤੁਹਾਡੇ ਰੱਖੇ, ਤੁਹਾਡੇ ਚੜੇ ਤਲੱਥੇ ਲਾਉਣੇ ਆ। ਮਾਸੀ ਜੀ, ਜੇ ਭਾਜੀ ਕੰਮ ਕਾਜ ਇੱਥੇ ਕਰਨਾ, ਇੱਥੇ ਤੁਹਾਡੀ ਸੈਟਿੰਗ ਵਧੀਆ ਹੋ ਜੇ, ਤੇ ਉਹਨਾਂ ਨੂੰ ਕੀ ਲੋੜ ਆ ਪੇਕੇ ਬਹਿਣ ਦੀ? ਤੇ ਕਿਉਂ ਬੈਠੇ ਆ? ਮੈਂ ਕੱਢਿਆ ਇਹਨਾਂ ਨੂੰ, ਆ ਵੇਖ ਲੈ ਸ਼ਮੀ, ਇਹ ਤਾਂ ਤੁਹਾਡੀ ਰਾਇ ਨਾਲ ਗਏ ਆ, ਸਾਡੀ ਸਾਰੇ ਤੁਹਾਡੀਆਂ ਰਲੀਆਂ ਚੁਗਣ ਡਈਆਂ ਵਿੱਚ। ਜਦੋਂ ਮੈਨੂੰ ਇੱਥੇ ਕੁਛ ਮਿਲਣਾ ਨਹੀਂ, ਖਾਣ ਨੂੰ ਕੁਛ, ਮੇਰੇ ਸ਼ੌਂਕ ਨਹੀਂ ਪੂਰੇ ਨਹੀਂ, ਤੇ ਮੈਂ ਪੇਕੇ ਸ਼ੌਂਕ ਤੇਰਾ ਆਦਮੀ ਉੱਥੇ ਪੂਰੇ ਕਰ ਨਹੀਂ ਡਿਆ, ਇਹੋ ਕਰਨ ਡਿਆ ਆਦਮੀ ਕਿੱਥੋਂ ਪੂਰੇ ਕਰਨ ਡਿਆ? ਤੇ ਫਿਰ ਇੱਥੇ 10-10 ਲੱਖ ਦੇ ਕਰਜ਼ੇ ਕਾਹਦੇ ਚਾੜ ਦਿੰਦੇ ਜੇ ਇਹਨੇ ਚਾੜੇ ਉੱਥੇ ਪੂਰੇ ਕਰਨ ਡਿਆ? ਜਦੋਂ ਮਨਸਾਂ ਨੇ ਵਿਆਹ ਵੇਖਣੇ, ਵਨ ਸਵੰਨੀਆਂ ਆਖਣਾ ਮੇਰੇ ਲਈ, ਆ ਵੀ ਚੀਜ਼ਾਂ ਚਾਹੀਦੀਆਂ, ਉਹ ਵੀ ਚੀਜ਼ਾਂ ਚਾਹੀਦੀਆਂ, ਤੇ ਕਰਜ਼ੇ ਚੜ੍ਹਨੇ? ਉਹਦੇ ਪੈਸੇ ਆਪਾਂ ਦਿੰਦੇ ਹਾਂ, ਤੁਸੀਂ ਨਹੀਂ ਦਿੰਦੇ ਇਹਨਾਂ ਦੇ, ਆ ਵੀ ਪੈਸੇ। ਜੇ ਮਾਸੀ ਜੀ ਵਿਆਹ ਵੇਖਿਆ ਤੇ ਉਹ ਵੀ ਪੈਸੇ ਸਾਡੇ ਘਰੋਂ ਲੱਗੇ ਆ। ਤੁਹਾਡੇ ਘਰੋਂ ਲੱਗੇ ਤਾਂ ਸਾਨ ਕੀਤਾ, ਮੁੰਡਾ ਉੱਥੇ ਆ ਤੇ ਉੱਥੋਂ ਲੱਗਣੇ। ਮੁੰਡਾ ਕਰੀ ਜਾਵੇ ਉੱਥੇ ਵੀ ਕਰਦਾ ਹੀ ਕਰਦਾ, ਖੋਲ ਕੇ ਦੋ ਕੰਮ ਲਾਨ ਕੰਮ ਵੇਖ ਲਾ ਤੂੰ। ਹਜੇ ਕਹਿਣ ਡਈ ਸੀ ਕਿ ਪੈਸੇ ਲਾਵੋ, ਇਹਨਾਂ ਨੂੰ ਕੰਮ ਖੋਲ ਕੇ ਦੇ ਦੋ। ਇਹਦੀ ਮਾਂ ਵੀ ਕੀ ਗੱਲਾਂ ਕਰੇ, ਸਾਰਾ ਖਰਚਾ ਆਪਾਂ ਕਰਨ ਡਏ ਆ। ਬੱਚੇ ਉਲਟਾ ਗਲਤ ਕੰਮ ਕਰਨ ਤੇ ਮਾਂ ਪਿਓ ਨੂੰ ਸਮਝਾਉਂਦੇ। ਤਾਂ ਬੱਚੇ ਕੋਲ ਰਹਿਣ ਤੇ ਸਮਝਾਵਾਂ, ਬੱਚਿਆਂ ਨੂੰ ਤਾਂ ਤੁਸੀਂ ਆਪਣੀ ਉਂਗਲੇ ਚਾਟੇ ਲਾਇਆ। ਸੁਣੋ ਮਾਸੀ ਜੀ, ਤੁਸੀਂ ਉਹ ਰੱਖਣ ਵਾਲੇ ਤੇ ਬਣੋ। ਮੈਂ ਉਹਨਾਂ ਨੂੰ ਲੈਣ ਜਾਵਾਂ? ਜਦੋਂ ਮੈਂ ਗਈ ਮੇਰੇ ਗਲ ਪੈ ਗਏ ਉੱਥੇ, ਤੁਸੀਂ ਸਾਰੇ ਰਲ ਕੇ ਵੇਖੋ ਮਾਸੀ ਜੀ, ਘਰ ਸੁੱਖ ਮਿਲੇ ਤੇ ਕਿਹਦਾ ਜੀ ਕਰਦਾ ਵਾ ਪੇਕੇ ਬਹਿਣ ਨੂੰ। ਜਦੋਂ ਘਰ ਸੁੱਖ ਹੋਵੇ, ਦੁੱਖ ਹੋਵੇ ਤੇ ਘਰ ਚ ਕੱਟਣੀ ਪੈਂਦੀ ਆ। ਕੱਟਦੀ ਆ ਚੋੜੀਆਂ ਪਾਈ ਫਿਰਦੇ ਆ। ਚੂੜੀਆਂ ਤੁਹਾਡੀ ਕਮਾਈ ਦੀਆਂ ਨੀ ਪਾਈਆਂ? ਸਾਰੀ ਉਮਰ ਮੈਂ ਵੀ ਆਪਣਾ ਪੱਲਾ ਸਾਂਭਿਆ ਵਾ। ਹਾਂ, ਪੱਲਾ ਸਾਂਭਿਆ। ਮਾਂ ਦੀ ਆਗਿਆ ਕਰੀ ਚ ਰਹੀ ਹੈ। ਇੱਕ ਮਿੰਟ ਸ਼ਮੀ, ਤੁਸੀਂ ਕਹਿਣ ਡੇ ਸਭ ਕੁਝ ਇਹਨਾਂ ਦਾ ਕਹਿਣ ਡੇ ਜੇ ਨਾ, ਲਿਆ ਦੋ ਮੇਰੀ ਧੀ ਦੇ ਹੱਥ ਖਾਲੀ ਹੈ, ਉਂਗਲਾ ਖਾਲੀ ਲਿਆ ਦੋ।
जे सारा कुछ इन्ना दा तेरी धी तेरे को तू दे मेरे को आओ तो मैं दू कोई नहीं मम्मी एदा भी हाल मैं सोच लिया हूँ मैं इतने रहनी हाँ इन्हों को लैके छड़ांगी चलो करो अपनी पुत नूं को कमाई दस लख का करजा जिहड़ा वा इन्हां दा वो ला दो फिर मेरी तुहाडी मेरे को नहीं इस जनानी दे अगे नहीं बहस हुंदी मैनूं तां गल करन लग्या वी शर्म आउंदी पर इन्हां नूं नहीं आण दई मासी जी अगे असीं तारिया इन्हां दी तां 5 लख ते हुण असीं 1 रुपया नहीं जे तारना ते फिर इहनूं कोल क्यों रख्या ਜਿਹੜਾ ਬੰਦਾ ਕਮਾਈ ਨਾ ਕਰੂ ਤੇ ਘੜੀ ਨੀ ਕੋਲ ਰੱਖਿਆ ਜੇ ਗੱਲ ਕਰ ਲੋ ਆਪਣਾ ਮੁੰਡਾ ਰੱਖੋ ਆਪਣੇ ਘਰ ਮੰਮੀ ਉਹਨਾਂ ਨੇ ਥੋੜਾ ਕੋਲ ਰੱਖਿਆ ਮੈਂ ਆਪੇ ਗਿਆ ਵਾਂ ਤੇ ਜਾ ਫਿਰ ਤੁਰਿਆ ਜਾ ਦੋ ਇੱਥੇ ਕਰਨ ਆਏ ਜੋ ਤੇ ਫਿਰ ਕਿਰਾਇਆ ਲੈਣੀ ਆਉਣਾ ਸਾਡੇ ਕੋ ਮੈਂ ਤੇ ਆਉਂਗੀ ਪੁੱਤ ਨੀ ਮੇਰਾ ਲੈ ਕੇ ਤੁਸੀਂ ਆਪਣੇ ਬੱਚੇ ਨੂੰ ਕਹਿੰਦੇ ਉੱਥੇ ਜਾ ਫਿਰ ਤੁਸੀਂ ਕੌਣ ਹੁੰਦੇ ਉਹ ਕਮਾਈ ਕਰਨ ਦੇ ਨਾ ਲੈਣਾ ਮਾਮਾ ਦਾ ਫਰਜ਼ ਨਹੀਂ ਕਰਾਈ ਨਹੀਂ ਕਰਨ ਦੇ ਤੇ ਉਹ ਤਾਂ ਮੇਰੀ ਤੇ ਕਿਸੇ ਨੂੰ ਰੱਖਿਆ ਨਹੀਂ ਜਾਂਦਾ ਮੇਰੀ ਗੱਲ ਸੁਣ ਮੰਮੀ ਫਰੀ ਤੇ ਮੈਂ ਨਹੀਂ ਰੱਖ ਸਕਦੀ ਉਹ ਮੇਰੀ ਗੱਲ ਸੁਣ ਤੂੰ ਕੁਝ ਬੋਲ ਮੈਂ ਉਹ ਤੇ ਸਮਝਾਉਣਾ ਤੂੰ ਫੁੱਟਣ ਕਿਉਂ ਨਹੀਂ ਦਿਆ ਕੀ ਕੰਮ ਕਰਦਾ ਤੂੰ ਕਮਾਈ ਤਾਂ ਸਾਰੇ ਤੇਰੇ ਭੈਣ ਭਰਾ ਦੇ ਦੇਣ ਡਏ ਆ ਤੇਰੇ ਸਾਰੇ ਮੈਂ ਤੇ ਮੰਮੀ ਨੂੰ ਸਾਰੇ ਜਾਦੂ ਕਮਾਈਆਂ ਕਰਦੇ ਹਾਏ ਹਾਏ ਉਹਨਾਂ ਨੂੰ ਚਾਰ ਹੱਥ ਲੱਗੇ ਮੇਰੀ ਗੱਲ ਸੁਣ ਕਰਦੇ ਆ ਤੇ ਆਪਣਾ ਪਰਿਵਾਰ ਸੰਭਿਆ ਵਾ ਇਹ ਇਹ ਆਪਣੀਆਂ ਨਾਨੀਆਂ ਆਪਣੇ ਘਰ ਰੱਖੀਆਂ ਵਾ ਤੇ ਇਹ ਤੁਸੀਂ ਜਾਣ ਕੇ ਮੂੰਹ ਲਾਇਆ ਤੁਸੀਂ ਲਾਇਆ ਮਾਂ ਨੇ ਮਾਂ ਦੀ ਸ਼ਹਿ ਨਾ ਗਈ ਉੱਥੇ ਪੇਕੇ ਆਪਣੀ ਧੀ ਨੂੰ ਘਰੋਂ ਕੱਢ ਦਵਾਂ ਦੇ ਜਵਾਬ ਤੁਸੀਂ ਮਾਂ ਨੇ ਸਾਰਾ ਦੇਣਾ ਹੁੰਦਾ ਐਂਡ ਤੇ ਮਾਸੀ ਆ ਤਾਂ ਫਿਰ ਮਾਂ ਦੇਈ ਜਾਵੇ ਉਹ 10 ਲੱਖ ਦਾ ਕਰਜ਼ਾ ਇਹਦਾ ਲਾ ਦੇ ਅਸੀਂ ਸਾਡੀਆਂ ਕਾਟੇ ਲਾਉਣ ਅਸੀਂ ਤਾਂ ਜੋ ਆਵੇ ਆਈ ਆ ਅਸੀਂ ਤਾਂ ਤੁਹਾਡੇ ਕਰਜ਼ੇ ਹੀ ਲਾਉਣ ਡਾਈ ਇਹਨਾਂ ਦੇ ਮੇਰਾ ਕਿਹੜਾ ਤੀਜਾ ਉਹ ਤੇ ਧੀ ਨੂੰ ਤਾਂ ਸਾਰਾ ਦੇਣਾ ਤੁਹਾਡੇ ਕਾ ਤੋਂ ਲਾਉਣ ਬਸ ਹੁਣ ਇੱਕੋ ਹੀ ਫੈਸਲਾ ਮੇਰਾ ਮੈਂ ਇੱਥੇ ਹੀ ਰਹਿਣਾ ਵਾ ਐਸੇ ਕਰਕੇ ਸੀਮਾ ਦੀਦੀ ਤੁਹਾਨੂੰ ਵੀ ਸਮਝਾਉਂਦੇ ਸੀ ਕਿ ਆਪਣੇ ਘਰ ਰਹੀਦਾ ਵਾ ਆਪੇ ਕਿਤੋਂ ਨਾ ਕਿਤੋਂ ਕਰਕੇ ਕਮਾਈ ਕਰਨਗੇ ਤੇ ਤੁਹਾਡੀਆਂ ਰੀਝਾਂ ਪੂਰੀਆਂ ਕਰਨਗੇ ਨਾ ਤੁਹਾਨੂੰ ਦੋ ਇਹ ਕਿ ਭਾਬੀਆਂ ਜਾਣ ਕੇ ਕਰਦੀਆਂ ਵਾ ਹੁਣ ਲੈ ਲਓ ਉਹ ਤੇ ਕੀ ਉਹਦਾ ਨਹੀਂ ਜਾਵੇ ਭਾਬੀਆਂ ਚ ਹੁਣ ਟਾਈਮ ਨਹੀਂ ਪਾਸ ਹੁੰਦਾ ਉੱਥੇ ਵਾਦੇ ਜਾਂਦੇ ਆ ਗਾਂ ਕੀ ਦੋ ਆਈਆਂ ਨੇ ਦੋ ਦੇ ਵਿੱਚ ਕੱਢ ਲੈ ਤੀਜੀ ਆਈ ਤਾਂ ਮਤਲਬ ਤੁਸੀਂ ਰੱਖਣਾ ਹੀ ਨਹੀਂ ਚਾਹੁੰਦੇ ਇਹ ਤਾਂ ਮਤਲਬ ਤੁਸੀਂ ਰੱਖਣਾ ਹੀ ਨਹੀਂ ਚਾਹੁੰਦੇ ਵਿਮਲ ਇਹ ਕੀ ਕਹਿੰਦੇ ਆ ਕੋਈ ਨਾ ਇਹ ਰੱਖਣਾ ਹੀ ਨਹੀਂ ਚਾਹੁੰਦੇ ਇਹਨਾਂ ਨੇ ਹੁਣ ਕੀ ਕੀ ਤੁਸੀਂ ਸੁਣਿਆ ਨੇ ਦੋ ਆਈਆਂ ਦੋ ਆਈਆਂ ਤੀਜੀ ਕੋ ਆ ਗਈ ਤਦ ਨਹੀਂ ਤੁਸੀਂ ਰੱਖਣਾ ਚਾਹੁੰਦੇ ਆ ਕੀ ਕਹਿੰਦੇ ਆ ਸਹੀ ਗੱਲ ਕਹਿੰਦੇ ਕੀ ਕਹੀ ਜਾਂਦੇ ਮੈਂ ਸਹੀ ਕਹਿੰਦੇ ਮੰਮੀ ਮੇਰੀ ਗੱਲ ਸੁਣ ਤੁਸੀਂ ਐਸੀ ਜਨਾਨੀਆਂ ਦੀ ਗੱਲਾਂ 'ਚ ਨਾ ਆਵੋ ਇਹ ਬੜੀ ਚਾਤਰ ਜਨਾਨੀ ਆ ਤੁਹਾਡੇ ਨਾਲੋਂ ਜ਼ਿਆਦੀ ਚਾਤਰ ਨਹੀਂ ਮੈਂ ਹਾਏ ਰੱਬਾ ਜਿਹਨੇ ਤਿੰਨ ਨੂੰਹਾਂ ਰੱਖ ਤੇ ਚੌਥੀ ਧੀ ਦੇ ਹੁਣ ਗਲਣ ਨਹੀਂ ਦਈ ਉਹਨਾਂ ਨਾਲ ਦਾਲ ਤੇਰਾ ਕੀ ਮਤਲਬ ਆ ਮੇਰਾ ਮਤਲਬ ਇਹ ਵੀ ਹੁਣ ਧੀ ਨੂੰ ਧੱਕਾ ਦੇਣ ਡਈ ਆ ਮੇਰੇ ਫਿਰ ਚਾਚਾ ਸਾਹਮਣੇ ਕਿ ਤੁਹਾਡੇ ਕੋਲ ਇੱਕ ਨਹੀਂ ਰੱਖੀ ਜਾਂਦੀ ਮੇਰੀ ਰਹਿਣ ਹੀ ਨਹੀਂ ਡਈ ਮੇਰੀ ਗੱਲ ਸੁਣੋ ਕਿਹੋ ਜੀ ਚੁੱਪ ਨਾ ਲੱਗ ਰਹੀ ਆ ਮਾਂ ਦੀ ਮਗਰ ਪੰਜਾ ਨਹੀਂ ਆ ਸੁਣਨੇ ਤੇ ਦੀਦੀ ਨਾਲੇ ਅਸੀਂ ਕਰਦੇ ਤੇ ਨਾਲੇ ਛਿੱਤਰ ਖਾਣ ਡਏ ਅੱਜ ਤੁਸੀਂ ਸੁਣ ਲਓ दिमाग खराब हो गया मेरा नूह पोतिया तह सामभ मेरी सलाह ना वसूगी जो मैं आखू ओ की रखा ओथो जो जोड़िया लावे घर अपने मेरी बेइज्जती ना करी बेइज्जती चुप करके बह जा मेरे लागो परा तू क्यों नहीं मानते गल मैं बिलकुल सही हां आ गई चढ़ चढ़े हिंदी मेरे नाल लड़ाई करन शम्मी तेनू उदो कहा सी ना ਕਿ ਨਾ ਮਦਦ ਕਰੀਏ ਇਹਨਾਂ ਦੀ ਅੜੇ ਨਵਾਂ ਕੰਮ ਅਮਨ ਖੋਲ ਕੇ ਦੇਣ ਡਿਆ ਉਹਨੂੰ ਮਨਾ ਕਰ ਦੇ ਪਰ ਤੂੰ ਹੀ ਉਦੋਂ ਕਿਹਾ ਕਿ ਨਹੀਂ ਮੰਮੀ ਆਪਾਂ ਕੰਮ ਖੋਲ ਕੇ ਦਿੰਦੇ ਆ ਮੰਮੀ ਦੀਦੀ ਖੁਸ਼ੀ ਖੁਸ਼ੀ ਆਪਣੇ ਘਰ ਰਹਿਣਗੇ ਲੈ ਲਓ ਸਵਾਦ ਹੈਲਪ ਕੀਤੀ ਆ ਜੋ ਕੁਝ ਕੀਤਾ ਦੀਦੀ ਦੇ ਤੁਸੀਂ ਕਾਹਦਾ ਹੈਲਪ ਕੀਤੀ ਆ ਇਹ ਥੋੜੀ ਕਿ ਸਾਡੇ ਲੈਣਾ ਦੇਣਾ ਦਾ ਲਾਈ ਤਾਂ ਕਿਹੜਾ ਤੁਸੀਂ ਇਹਨੂੰ ਕੋਠੀ ਪਾ ਕੇ ਦੇਤੀ ਆ ਅੱਲਾ ਸੁਣ ਲਓ ਹੁਣ ਇਹ ਤੁਸੀਂ ਚਾਹੁੰਦੇ ਹੁਣ ਅਸੀਂ ਕੋਠੀ ਵੀ ਪਾ ਕੇ ਦੇ ਤਾਂ ਪਾ ਕੇ ਦੋਗੇ ਦੇਣੀ ਨਹੀਂ ਜੇ ਜਿੱਥੇ ਤਿੰਨ ਬਣਾਈਆਂ ਮੁੰਡਿਆਂ ਨੇ ਇਹਦੀ ਵੀ ਬਣਾ ਦੋ ਇਹੋ ਜੀ ਮੈਂ ਲਾਲਚੀ ਜਨਾਨੀ ਨਹੀਂ ਕਦੀ ਵੇਖੀ ਮੈਂ ਲਾਲਚ ਇਹਨਾਂ ਦਾ ਹੀ ਆ ਮੈਂ ਨਾਲ ਖੜਨਾ ਇਹਨਾਂ ਦੇ ਵਾਸਤੇ ਤੇਰੀ ਧੀ ਵਾਸਤੇ ਆਨੀ ਸ਼ਮੀ ਤੁਸੀਂ ਆਪੇ ਹੀ ਗੱਲ ਕਰਕੇ ਆਓ
मैं ते गाड़ी हाथ जोड़े जो तुम दो तिना डिसीजन लगता ना कर आवो मम्मी जी भी चल गए को मैं बना के दिता मिलनिया पाइया मां प्यो का जो होंगे ना आंटी बच्चिया पाई होंगे मेरी कुड़मनी ने मिलनी करके पाई होंगे ना मैं उस वे बच्चे भुल गया मिलनी तो सैट पाया वेच के तो चूड़िया पानी ना अपना कर लिया तेन दिते भरा दे व्याह वेच के सारा कुछ एदा ही पाया तू बुढ़ी का अपनी सस का साले हर बन जा जे आप चल गए तो मुड़े वापस नहीं आना सदन भी केड़ा गया आईया ही मेनू कढ़न शहर ना रब्बणियां की फिरदियां चूचियां जियां हैं मेरी मुकाबला को कर सकदा आईया जिधर उधर भजाइया ए मुंडे ने भी कर दूं रोक चंगी तरह ही हैं हाय बाबा तू डीलड़ा की जनानी है भरावा तेज है बहुत तेज मैं तेरे नाल कोई वारी आ सकदा दीदी देख लिया जे ना किवें कटदी है मैं इहदे नाल तां ही ते मैं जाननी है बार बार पिक्के पर दीदी मैं तुहानू उदों इन्नी गल कही ही कि अपने घर रहो जिदा भी गुजारा हुंदा वा ते उत्थे रह के इहनू सूत्र करो उदों तुहानू लगदा ही कि भाबियां मैनू कढ़ना चाहुंदियां करो किन्नी वारी ते मैं ते इत्थे भुख भी कट्टी आ दीदी उहदा मूंह पै गया जे कि वाह वाह रहण डए आ उत्थे ते आपे खाई पी जाण असल च उहनू पै गया वा लालच उहने की पता किन्नियां को पैसे ठगे ते हुण असीं वी इधर दे दूं दित्ते उहनू हुण इह हो गया वी सारा खर्चा ही इहनां सिर सुट्टो लखां दे लख लाई जाण नाले दीदी मेरी गल सुनो सारा खर्चा तो तुम इथो कर दे इथो तक साहिल दे ब्याह दा भी खर्चा उथो होया फिर 10 लाख रुपया होर कादा चढ़ा के बैठी है एहो तेरा बंदा ओदे स्कीम है पैसे जड़ा पन्नो ते बैठी है छड्डो एदी लजनानी दे कोई बारे आ सकदा होया हो ते आई डेडे गजरे एवें थोड़ा पाए आ अपने शान शौकत पूरे आ बच्चियां लई कुछ नहीं हैगा घर दे
हाँ सिमरत राती की कहन डई सी के मम्मी मैं चूड़ा वधाना अपना। हाँ जी मम्मी काफी टाइम हो गया मैं चूड़ा भी काफी पुराना हो गया ते मैं कहा हुण वधा दिए ले। पहला पता लोकी साल साल चूड़ा नहीं सी वधांदे हुंदे ते हुण बस तुसी अजकल दो महीने नहीं हुंदे ते चूड़ा वधा दो ते जां फिर बाजारो लिया के नवा पा लिए। मम्मी दे नग जे भी किन्ने निकल गए आ ते जां फिर चेंज करा लेने आ। अपनी मम्मी नाल सलाह कर लवे मम्मी। हाँ साहिल की कहंदे बेटा तुसी इत्थे बैठे जे। हाँ ए ना मम्मी आए ही आयो जरा ए मम्मी आए। चल सिमरत आ जी सिमरत। मम्मी आए मम्मी ने तो दसिया नहीं क्या जोना उन्होंने। अचानक आना तेन मिलन मैं दस के क्यों आंदी। चलो वो वधिया गल पर एक बार दसना तो चाहिए ही ना तुम। तू तो टेंशन च क्यों की गल। कुछ नहीं वैसे भैन जी ये तो रंग क्यों उड़ा पे। नहीं नहीं भैन जी इस तरह की कोई गल नहीं जिदे करके रंग उड़ा हो। मैं सही समय से आई है ना कोई गलत टाइम से तो नहीं आई। नहीं नहीं भैन जी यहो जी कोई गल नहीं। की गल है। कुछ नहीं चलो बैठो काफी टाइम बाद मिलते जी ने इस करके। हाँ मैं लोकल इसे करके कुड़ी भी आई सी भी चल मेनू दो चार दिन बाद शक्ल वेखन नू मिल जा करेगी। इस चंगा ते दूर ही चंगी सी मैं दूर ही ब्याह लेंदी। शम्मी शम्मी विमल देखो सासिकल बेटे ठीक है तुम्हें बच्चे। हाँ जी हाँ जी और सुनाओ ठीक है। हाँ सब ठीक है। तो ठीक है बच्चे। हाँ जी बढ़िया ठीक है विमल ठीक है। हाँ जी ठीक है विमल राजू सारे हाँ जी सारे ठीक है। मम्मी को पानी पूरी ना। हाँ चाचा नहीं पुत्र पानी की करना है रहन दो चाय बना लेने बात। नहीं बच्चे किसी चीज की लोड़ नहीं है। की गल साहिल चुप चुप मेनू लगता भी कोई गल हैगी है जरूर। नहीं नहीं मम्मा इदा नहीं कोई गल नहीं है वैसे तो नहीं लगता है। इन्ना तो मेनू परख हैगी किसी चीज की भैन जी की गल है कुछ दसो। इन्होंने तो कुछ बोलना नहीं। नहीं नहीं भैन जी कोई गल नहीं तुसी एवें फिक्र ना करो। हैगी आ गल कोई नहीं दस दें पहला तुम चाह पानी तो पी लो। गल है कि नहीं नहीं मम्मी इदा की कोई गल नहीं है। सिमरन तो चुप कर की लगांदे पे तुसी मेरे को। कोई नहीं मम्मी आ फड़ो चाह पियो तुसी पहला। लो मां चाह चाह दी भैन जी मैनू कोई लोड़ नहीं तुसी गल दसो गल की। सिमरत की गल मूंह क्यों पर है कि तो आया तू दसो भैन जी। सिमरत की गल कुछ नहीं मामा। नहीं दसो मैनू की गल है भैन जी ਤੁਸੀਂ ਮੈਂ ਤੋਂ ਲੋਕਾਂ ਦੇ ਪਏ। ਨਹੀਂ ਨਹੀਂ ਕੋਈ ਗੱਲ ਆ ਜਾ ਵਿਮਲ ਸਤਿ ਸ਼੍ਰੀ ਅਕਾਲ ਬੇਟੇ ਕੀ ਹਾਲ ਹੈ ਬੱਚੇ। ਬਸ ਵਧੀਆ ਤੁਹਾਨੂੰ ਸੁਣਾਓ। ਹਾਂ ਸਭ ਠੀਕ ਹੈ ਤੁਸੀਂ ਠੀਕ ਹੋ। ਐਵੇਂ ਫਿਕਰ ਕਰਨ ਦੇ ਕੋਈ ਗੱਲ ਹੈਗੀ ਕੋਈ ਗੱਲ ਹੈਗੀ ਮੈਂ ਕਹਿਣ ਦੀ ਗੱਲ ਕੋਈ ਵੀ ਨਹੀਂ ਹੈਗੀ। ਕਮਾਲ ਦੀ ਗੱਲ ਹੈ ਇੱਕ ਪਰਿਵਾਰ ਵਿੱਚ ਹਾਸੇ ਹੀ ਗੂੰਜਦੇ ਹੋਣ ਤੇ ਮੈਨੂੰ ਸਮਝ ਨਹੀਂ ਚੁੱਪ ਚੁੱਪ ਬੈਠੋ ਕੀ ਗੱਲ ਹੈ। ਸਿਮਰਤ ਮੈਂ ਤੈਨੂੰ ਬਾਰ ਬਾਰ ਪੁੱਛਦੀ ਪਈ ਤੂੰ ਫਿਰ ਮੂੰਹ ਥੱਲੇ ਕਰਕੇ ਬਹਿ ਗਈ ਹੈ। ਕੁਛ ਨਹੀਂ ਮੰਮੀ ਇੱਦਾਂ ਦੀ ਕੋਈ ਗੱਲ ਨਹੀਂ ਹੈ। ਸਾਹਿਲ ਤੁਸੀਂ ਤਿੰਨ ਦਿਨ ਤੋਂ ਬੇਟਾ ਮੈਨੂੰ ਕਾਲ ਕਰੀ ਜਾ ਰਹੇ ਹੋ मैं दस देना सारा कुछ दसन
ਤੁਹਾਨੂੰ ਮੈਂ ਦੱਸਦੀ ਇਹਨਾਂ ਨੇ ਇੱਕ ਵਾਰੀ ਨਹੀਂ ਨਾਲੇ ਦੋ ਵਾਰੀ ਮੇਰੇ ਤੇ ਹੱਥ ਚੁੱਕਿਆ ਵਾ ਉਹ ਵੀ ਕਿਸੇ ਦੇ ਮਗਰ ਲੱਗ ਕੇ ਹੱਥ ਚੁੱਕਿਆ ਕਿਹੜੀ ਗੱਲੋਂ ਭੈਣ ਜੀ ਮੇਰੀ ਗੱਲ ਤੇ ਸੁਣੋ ਗੱਲ ਮੈਂ ਭੈਣ ਜੀ ਤੁਹਾਡੀ ਗੱਲ ਕੀ ਸੁਣਾ ਤੂੰ ਬੋਲ ਕਾਕਾ ਮੰਮੀ ਇੱਕ ਮਿੰਟ ਮੇਰੀ ਗੱਲ ਤਾਂ ਸੁਣ ਲਓ ਕੀ ਤੇ ਵੀ ਮੈਂ ਗੱਲ ਸੁਣ ਲਾ ਇਸ ਕਰਕੇ ਤੂੰ ਮੈਨੂੰ ਫੋਨ ਕਰੀ ਜਾ ਰਹੀ ਸੀ ਤਿੰਨ ਦਿਨ ਤੋਂ ਵੀ ਮੈਂ ਤੁਹਾਡੀ ਧੀ ਨੂੰ ਕੁੱਟਿਆ ਜੇ ਤੇ ਆ ਕੇ ਸੁਣ ਲਓ ਮਾਸੀ ਜੀ ਇੱਕ ਮਿੰਟ ਗੱਲ ਤੇ ਸੁਣੋ ਤੁਸੀਂ ਸਮਝਣ ਦੀ ਡੇ ਗੱਲ ਵਿਮਲ ਬੇਟੇ ਮੇਰੀ ਗੱਲ ਸੁਣ ਜਿਵੇਂ ਮੇਰੇ ਵਾਸਤੇ ਸਿਮਰਤ ਹੈ ਨਾ ਪੁੱਤਰ ਐਵੇਂ ਤੁਸੀਂ ਦੋਨੋਂ ਜਨੀਆਂ ਵਾ ਤੁਸੀਂ ਤਿੰਨ ਦੋਨੋਂ ਚੁੱਪ ਰਹੋ ਮੈਂ ਗੱਲ ਕਰਦੀ ਵੀ ਹਾਂ ਨਾ ਭੈਣ ਜੀ ਗੱਲ ਸਮਝਣ ਦੀ ਕੋਈ ਮੈਂ ਭੈਣ ਜੀ ਗੱਲ ਕੀ ਸਮਝਾਂ ਸਾਹਿਲ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਮੈਂ ਸਭ ਕੁਝ ਬਰਦਾਸ਼ਤ ਕਰ ਸਕਦੀ ਹਾਂ ਮੇਰੀ ਔਲਾਦ ਤੇ ਕੋਈ ਹੱਥ ਚੁੱਕੇ ਮੈਂ ਬਰਦਾਸ਼ਤ ਨਹੀਂ ਕਰਨਾ ਭੈਣ ਜੀ ਗੱਲ ਪਹਿਲਾਂ ਪੂਰੀ ਤੇ ਸੁਣੋ ਤੁਸੀਂ ਭੈਣ ਜੀ ਮੈਨੂੰ ਗੱਲ ਸੁਣਨ ਜੋਗਾ ਛੱਡਿਆ ਹੀ ਨਹੀਂ ਤੁਸੀਂ ਮੈਨੂੰ ਹੁਣ ਤੱਕ ਗੱਲ ਸ਼ਮੀ ਮੈਂ ਤੇਰੇ ਕੋਲ ਅਜੇ ਕੋਈ ਗੱਲ ਨਹੀਂ ਪੁੱਛੀ ਬੇਟੇ ਤੂੰ ਚੁੱਪ ਰਹਿ ਮੈਂ ਕਦੋਂ ਵੀ ਤੁਹਾਨੂੰ ਪੁੱਛੀ ਜਾ ਰਹੀ ਨਾ ਗੱਲ ਕੀ ਹੈ ਗੱਲ ਦੱਸਣੇ ਤੁਸੀਂ ਤੇ ਮੈਨੂੰ ਇੰਜ ਕਹਾਣੀਆਂ ਕੋਈ ਪਾਉਂਦੇ ਜੇ ਜਿਵੇਂ ਪਤਾ ਨਹੀਂ ਕੋਈ ਬਾਹਰੋਂ ਗੁਆਂਢੀਆਂ ਨੂੰ ਸੁਧਣਾ ਪਏਗਾ ਤੁਹਾਡੇ ਨੂੰ ਆ ਕੇ ਤੁਹਾਨੂੰ ਦੱਸਣਗੇ ਸਿਮਰ ਦੱਸਣਾ ਅਸਲੀ ਗੱਲ ਸਿਮਰ ਤੇ ਬੋਲ ਪੁੱਤ ਕੀ ਗੱਲ ਹੈ ਮੇਰੇ ਬੱਚਾ ਮੈਂ ਖੜੀ ਹਾਂ ਤੈਨੂੰ ਡਰਨ ਦੀ ਕੋਈ ਲੋੜ ਨਹੀਂ ਹੈਗੀ ਦੱਸ ਮੇਰੇ ਬੱਚਾ ਉਹ ਮੰਮੀ ਤੁਸੀਂ ਉਹਦੀ ਸੁਣ ਲਈ ਨਾ ਇੱਕ ਵਾਰੀ ਸਾਡੀ ਵੀ ਤੇ ਸੁਣ ਲਓ ਤੇ ਤੂੰ ਤਿੰਨ ਦਿਨ ਤੋਂ ਮੈਨੂੰ ਫੋਨ 'ਚ ਕਰੀ ਜਾਂਦਾ ਹੈ ਤੇ ਤੂੰ ਮੈਨੂੰ ਸਾਰੀ ਗੱਲ ਫੋਨ ਤੇ ਦੱਸ ਛੱਡ ਤੂੰ ਮੈਨੂੰ ਬੋਲਣ ਦੋਗੇ ਤੇ ਮੈਂ ਕੁਝ ਬੋਲੂੰਗਾ ਆਪਣੀ ਕੁੜੀ ਨੂੰ ਹੀ ਪੁੱਛ ਲਓ ਕਿ ਜੇ ਉਹਦੇ 'ਚ ਪੇੜ ਵੱਜੀ ਆ ਤੇ ਕਿਹੜੀ ਗੱਲਾਂ ਵੱਜੀ ਆ ਨਜਾਇਜ਼ ਸ਼ੱਕ ਤਾਂ ਵੱਜੀ ਆ ਸ਼ੱਕ ਹਾਂਜੀ ਭੈਣ ਜੀ ਕਿਹੜਾ ਸ਼ੱਕ ਪੁੱਛੋ ਆਪਣੀ ਕੁੜੀ ਨੂੰ ਹੀ ਤੇ ਤੈਨੂੰ ਕਮਾਲ ਦੀ ਗੱਲ ਹੈ ਉਹਨੂੰ ਨਾ ਜਾਣ ਤੈਨੂੰ ਨਹੀਂ ਪਤਾ ਯਾਰ ਕਹਿੰਦਾ ਫੇ ਸ਼ੱਕ ਤੁਸੀਂ ਸੁਣਦੇ ਕਿੱਥੇ ਪਏ ਜੇ ਮੇਰੀ ਤੁਸੀਂ ਆਪਣੀ ਕੁੜੀ ਦੀ ਸੁਣੀਆ ਤੇ ਨਾਲ ਹੀ ਤੁਸੀਂ ਬੋਲਣ ਲੱਗ ਪਏ ਜੇ ਘੱਟੋ ਘੱਟ ਮੈਨੂੰ ਮੇਰੀ ਗੱਲ ਰੱਖਣ ਦਾ ਤਾਂ ਮੌਕਾ ਦਿਓ ਸੁਣੋ ਤੁਸੀਂ ਇੱਕ ਵਾਰੀ ਉਹਦੇ ਗੱਲ ਹੈ ਤਿੰਨ ਦਿਨ ਤੋਂ ਤੇਰਾ ਫੋਨ ਹੀ ਸੁਣਦੀ ਪਈ ਆ ਉਹਨੇ ਮੈਨੂੰ ਫੋਨ ਨਹੀਂ ਕੀਤਾ ਬਿਲਕੁਲ ਵੀ ਉਹਦੀ ਮੇਰੀ ਇਸ ਪ੍ਰੋਫਿਟ ਤੇ ਕੋਈ ਗੱਲ ਨਹੀਂ ਹੋਈ ਹੈਗੀ ਜੇ ਤੂੰ ਸੱਚਾ ਸੀ ਸਹੀ ਸੀ ਤੇ ਤੂੰ ਮੈਨੂੰ ਫੋਨ ਕੀਤਾ ਭੈਣ ਜੀ ਤੁਸੀਂ ਤੇ ਮੈਨੂੰ ਫੋਨ ਕਰਕੇ ਦੱਸ ਸਕਦੇ ਸੀ ਨਾ ਤੁਸੀਂ ਵੀ ਮੇਰੇ ਕੋਲ ਲੁਕਾ ਰੱਖਿਆ ਨਾ ਲੁਕਾ ਨਹੀਂ ਰੱਖਿਆ ਮੈਂ ਤਾਂ ਇਹ ਚਾਹੁੰਦੀ ਸੀ ਘਰ ਦਾ ਮਸਲਾ ਘਰ 'ਚ ਹੀ ਰਹਿ ਜਾਵੇ ਸਾਡੇ ਤੱਕ ਨਾ ਪਹੁੰਚੇ ਜਾਵੇ ਗੱਲ ਯਾਨੀ ਕਿ ਮੈਂ ਘਰ ਤੋਂ ਬਾਹਰ ਭੈਣ ਜੀ ਇਹ ਗੱਲ ਹੀ ਕੋਈ ਹੋਰ ਸੀ ਤਾਂ ਮੈਂ ਕੀ ਦੱਸਦੀ ਕਮਾਲ ਦੀ ਗੱਲ ਜਦ ਫਿਰ ਹੁਣ ਕਿਉਂ ਮੈਨੂੰ ਬੁਲਾਇਆ ਜੀ ਭੈਣ ਜੀ ਮੈਨੂੰ ਨਹੀਂ ਸੀ ਪਤਾ ਪੇੜ ਲੈਂਦੇ ਮੈਨੂੰ ਨਹੀਂ ਸੀ ਪਤਾ ਕਿ ਤੁਹਾਨੂੰ ਸਾਹਿਲ ਨੇ ਫੋਨ ਕੀਤਾ ਮੰਮੀ ਜਿਸ ਦਿਨ ਇਹ ਗੱਲ ਹੋਈ ਸੀ ਨਾ ਮੈਂ ਉਸੇ ਦਿਨ ਹੀ ਤੁਹਾਨੂੰ ਫੋਨ ਕਰਤਾ ਸੀ ਮੈਨੂੰ ਇਹੀ ਕਹਾ ਕਿ ਫੋਨ ਤੇ ਉਹ ਗੱਲ ਨਹੀਂ ਹੁੰਦੀ ਤਾਂ ਹੀ ਮੈਂ ਤੁਹਾਨੂੰ ਕਿਹਾ ਸੀ ਘਰੇ ਆਓ ਜਿਹੜੀ ਗੱਲ ਆਪਾਂ ਬਹਿ ਕੇ ਕਰੀਏ ਤੇ ਪੁੱਤ ਘਰ ਆਉਣ ਤੱਕ ਰਸਤੇ ਦਰਿਆ ਤੇ ਨਹੀਂ ਸੀ ਭੈਣ ਜੀ ਤੁਸੀਂ ਬੋਲੇ ਜਾ ਰਹੇ ਜੀ ਕਿ ਮੇਰੇ ਸਾਹਿਲ ਦੀ ਗੱਲ ਸੁਣੋ ਤੁਸੀਂ ਸਾਹਿਲ ਕਹਿਣ ਕਿਹੜੇ ਆ ਉਹਦੀ ਤੁਸੀਂ ਗੱਲ ਨਹੀਂ ਸੁਣਦੇ ਆ ਕਿ ਸਮਝ ਆਰਾਮ ਨਾਲ ਮੇਰੇ ਨਾਲ ਗੱਲ ਕਰਦਾ ਮੈਨੂੰ ਦੱਸਦਾ ਜੇ ਤੂੰ ਸੱਦਿਆ ਤੂੰ ਦੱਸਦਾ ਕਿ ਉਹਨੇ ਉਹ ਤਾਂ ਆਪਣੀ ਹਰ ਗੱਲ ਦੱਸੀ ਜਾ ਰਹੀ ਹੈ ਤੇ ਉਹ ਵੀ ਅੱਧੀ ਗੱਲ ਦੱਸਣ ਡਈ ਹੈ ਤੂੰ ਕਹਿੰਦੀ ਸਾਰੀ ਗੱਲ ਸੱਚ ਦੱਸ ਮੈਂ ਪੁੱਛੋ ਆਪਣੀ ਕੁੜੀ ਨੂੰ ਨਜਾਇਜ਼ ਸ਼ੱਕ ਕਰਦੀ ਮੇਰੇ ਤੇ ਸ਼ੱਕ ਕਾਹਦਾ ਸ਼ੱਕ